ਸੰਗਾਰਫ ਦੇ ਪਿੱਛੋਂ ਪਾਰਾ ਕੱਢਣ ਦਾ ਤਰੀਕਾ ਅੰਗਰੇਜ਼ੀ 'ਚ ਸਨੇਵਾਰ ਸ਼ਿੰਗਾਰਫ ਸ਼ਿੰਗਾਰਫ ਪਾਈ ਵਿੱਚ ਮੋਸਟ ਪਾਊਡਰ ਆਇਰਨ ਭਸਮ ਲੋਹੇ ਦੀ ਭਸਮ ਥੋੜ੍ਹੀ ਜਿਹੀ ਪਾਉਣੀ ਮਿਕਸ ਕਰਨੀ ਹੈ ਵਿੱਚ ਲੋਹੇ ਦੀ ਭਸਮ ਥੋੜ੍ਹੀ ਚੰਗੀ ਤਰ੍ਹਾਂ ਮਿਕਸ ਕਰਕੇ ਸ਼ਿੰਗਾਰਫ ਦਾ ਪਾਊਡਰ ਕਰ ਦੇਣਾ ਪੂਰਾ ਪਾਰਾ ਕੱਢਣ ਵਾਸਤੇ ਡੰਬੂ ਯੰਤਰ ਕੱਢਣਾ ਜਿਵੇਂ ਪਾ ਕੇ ਕੁੱਜੀ ਦੇ ਵਿੱਚ ਸ਼ਿੰਗਾਰਫ ਪਾ ਦੇਣਾ ਦੂਜੀ ਪੁੱਜੀ ਰੱਖ ਕੇ ਉਹਨੂੰ ਕਹਿੰਦੇ ਡੰਬਰੂ ਯੰਤਰ ਡੰਬਰੂ ਯੰਤਰ ਮਿੱਟੀ ਦੇ ਨਾਲ ਇਹਦਾ ਮੂੰਹ ਬੰਦ ਕਰ ਦੇਣਾ ਚੰਗੀ ਤਰ੍ਹਾਂ ਮਿੱਟੀ ਦੇ ਨਾਲ ਪੁੱਜੀਆਂ ਦਾ ਮੂੰਹ ਜਿਹੜਾ ਬੰਦ ਕਰ ਦੇਣਾ ਚੰਗੀ ਤਰ੍ਹਾਂ ਲਾ ਕੇ ਪਾਰਾ ਜਿਹੜਾ ਬਾਹਰ ਨਾ ਨਿਕਲੇ ਜਲੇ ਗਰਮ ਹੋ ਕੇ ਸ਼ਿੰਗਾਰਫ ਦੇ ਵਿੱਚ ਪਾਰਾ ਨਿਕਲਣਾ ਇਹਦੇ ਨਾਲ ਮੂੰਹ ਜਿਹੜਾ ਬੰਦ ਕਰ ਦੇਣਾ ਚੰਗੀ ਤਰ੍ਹਾਂ ਚਿਕਨ ਵੀ ਨੈਕਸਟ ਵੀਡੀਓ ਚ ਨੈਕਸਟ ਕਰ ਮਿੱਟੀ ਦੇ ਨਾਲ ਜੀਆਂ ਦਾ ਚੰਗੀ ਤਰ੍ਹਾਂ ਬੰਦ ਕਰ ਦੇਣਾ ਮਿੱਟੀ ਦੇ ਨਾਲ ਚੰਗੀ ਤਰ੍ਹਾਂ ਸੰਪਰਕ ਕਰਨਾ ਭੁੱਜੀਆਂ ਨੂੰ ਹਵਾ ਬਾਹਰ ਨਾ ਨਿਕਲ ਸਕੇ ਭੁੱਜੀ ਦੇ ਅੰਦਰੋਂ ਕੱਪੜਾ ਲਪੇਟਣਾ ਕੀ
ਡਮਰੂ ਜੰਤਰ ਤਿਆਰ ਆ ਪਰਾ ਕੱਢਣ ਵਾਸਤੇ ਉਹਨੂੰ ਗੈਸ ਦੇ ਉੱਤੇ ਰੱਖਣਾ ਗੈਸ ਦੇ ਉੱਤੇ ਰੱਖਤਾ ਚੁੱਲ੍ਹੇ ਦੇ ਉੱਤੇ ਜਾਂ ਲੱਕੜਾਂ ਦੀ ਅੱਗ ਦੇ ਉੱਤੇ ਰੱਖ ਸਕਦੇ ਹਾਂ ਪਰਾ ਕੱਢਣ ਲਈ ਥੱਲਿਓਂ ਸੇਕ ਪਏਗਾ ਪਰਾ ਉੱਠ ਕੇ ਉੱਤੇ ਜਾ ਕੇ ਚੁੰਬੜ ਜਾਣਾ ਨਾਲ ਜਦੋਂ ਉਤਲੀ ਮਿੱਟੀ ਸੁੱਕ ਗਈ ਸਾਈਡਾਂ ਦੀ ਉੱਤੇ ਵਾਲੀ ਉਦੋਂ ਲਾ ਲੈਣਾ ਇਹਨੂੰ ਉਦੋਂ ਪਰਾ ਕੱਢਣ ਦੇ ਦੀ ਤਿਆਰ ਆ ਦੋ ਘੰਟੇ ਹੋ ਗਏ ਦੋ ਘੰਟੇ ਬਾਅਦ ਲੱਗੇ ਚੱਕਣ ਠੀਕ ਆ ਗਰਮ ਹੈਗਾ Put your hand up in the air. Put your hand up in the air. Put your hand up in the air. Put your hand up in the air.
लड़ा के ये गोली मार पारा उड़ के इस कुजी दे विच भी लग गया जिहड़ा कहां इन्ना उतारना है पारे नूं ला के मल के चंगी तरह कुजी नूं ਸੰਘਰਸ਼ ਦੁਬਾਰਾ ਨਿਕਲਿਆ ਜਿਹੜਾ ਉੜ ਕੇ ਫੀਟ ਕਿਤੇ ਕੁਝ ਇਕੱਠਾ ਹੋ ਗਿਆ ਪਿਆਲੀ 'ਚ ਲੱਗ ਗਿਆ ਇਹਨੂੰ ਕੱਢ ਲੈਣਾ ਵਿੱਚੋਂ ਕੱਢ ਲਿਆ ਸੀ ਉਸ ਪਰ ਅਜੇ ਦੂਜੀ ਕੁੱਜੀ 'ਚ ਵੀ ਲੱਗਾ ਹੈ ਇਹਦੇ ਵਿੱਚ ਵੀ ਹੈਗਾ ਵਿੱਚ ਜਿਹੜੀ ਲੋਹਾ ਪਾਇਆ ਸੀਗਾ ਆਰੇ ਨੂੰ ਪਸਮ ਉਹ ਬੈਠੀ ਹੈ ਵਿੱਚ ਪਾਊਡਰ ਇਹਨਾਂ ਪਸੰਦ ਦਵਾਈ ਦੇ ਕੰਮ ਵੀ ਆ ਜਾਣੀ ਖਾਣ ਵਾਸਤੇ ਹੋਰ ਲੋਕਾਂ ਦੇ ਕੇ ਥੋੜ੍ਹੀਆਂ ਐਰਨ ਪਸੰਦ ਦੀ ਦਵਾਈ ਪਾ ਕੇ ਬੂਟੀਆਂ ਦਾ ਰਸ ਪਾ ਕੇ ਜੜੀ ਬੂਟੀ ਅਤੇ ਖਾਣ ਦੇ ਕੰਮ ਆ ਜਾਣੀ ਜਿਹੜਾ ਉਸ ਨੂੰ ਵਿੱਚ ਵੱਖਰਾ ਕਰ ਲੈਣਗੇ ਜਿਹੜਾ ਹੈਗਾ ਥੋੜ੍ਹਾ ਬਾਕੀ
ले लो यदि पसंद है कि जेड़ी पाई सकी कुटन लग गया चंदर से जेड़ी तो पारा कड़िया गया है यहाँ पारा जड़ा गोली बनने दे काम होगा आखिर बार कुछ पारा निकल आया मरकरी स्टेक फ्रॉम सिनेबार या पंजाबी जो शंगार्फ कहते हैं हिंदी भी हिंदी में शंगार्फ बोलते हैं इसको एक टॉक्सिन पदार्थ है पारा मरकरी टॉक्सिन